ਮੇਰਾ ਨਾਮ ਬਲਵੰਤ, ਮੈਂ ਮੈਡੀਕਲ ਫਰੀਦਕੋਟ ਕੋਲ ਸੀ, ਸਟਾਫ ਨਰਸ ਸੀ। ਸੰਤਾਂ ਦੇ ਮੈਂ ਦੋ ਤਿੰਨ ਸਤਸੰਗ ਵੀ ਉਹਨਾਂ ਦੇ ਸੁਣੇ ਨੇ, ਉਹਨਾਂ ਦੇ ਨਜ਼ਦੀਕ ਰਹੀ ਹਾਂ, ਉਹਨਾਂ ਨਾਲ ਗੱਲਾਂ ਬਾਤਾਂ ਵੀ ਹੋਈਆਂ ਸਿੱਖ ਧਰਮ ਬਾਰੇ। ਇੱਕ ਮੇਰੀ ਫਰੈਂਡ ਸੀਗੀ ਜਗਦੀਸ਼ ਕੌਰ, ਮੈਡੀਕਲ ਕਾਲਜ ਇੰਸਟੀਟਿਊਟਰ ਸੀ ਉਹ, ਅਤੇ ਉਹ ਉਹਨਾਂ ਦੇ ਘਰ ਆਉਂਦੇ ਹੁੰਦੇ ਸੀ, ਉਹਨਾਂ ਦੇ ਉੱਥੇ ਕੀਰਤਨ ਕਰਦੇ ਹੁੰਦੇ ਸੀ, ਅਤੇ ਉਸ ਟਾਈਮ 'ਤੇ ਅਸੀਂ ਉਹਨਾਂ ਨੂੰ ਫਿਰ ਸੁਣਦੇ ਹੁੰਦੇ ਸੀ, ਸਾਨੂੰ ਬੜਾ ਅੱਛਾ ਲੱਗਦਾ ਸੀ। ਔਰ ਜਦੋਂ ਆਉਂਦੇ ਸੀ ਅਸੀਂ ਉਹਨਾਂ ਦੇ ਦਰਸ਼ਨ ਕਰਦੇ ਸੀ, ਅਤੇ ਉਹਨਾਂ ਦੇ ਤਾਂ ਅਸੀਂ ਕੁਛ ਕਹਿ ਨਹੀਂ ਸਕਦੀ ਉਹਨਾਂ ਬਾਰੇ 'ਚ, ਮੈਂ ਜੋ ਸਿੱਖ ਧਰਮ ਨੂੰ ਇੰਨਾ ਪਿਆਰ ਕਰਦੇ ਸੀ। ਅਤੇ ਉਦੋਂ ਜਿਸ ਦਿਨ ਵਾਕਿਆ, ਹਾਂ ਜਿਸ ਦਿਨ ਇਹ ਵਾਕਿਆ ਹੋਇਆ ਸੰਤਾਂ ਦੇ ਸ਼ਹੀਦੀ ਦਾ, ਉਸ ਦਿਨ ਮੈਂ ਮਤਲਬ ਕਿ ਨਾਈਟ ਡਿਊਟੀ 'ਤੇ ਸੀ, ਅਤੇ ਨਾਈਟ ਡਿਊਟੀ 'ਤੇ ਜਦੋਂ ਮੈਂ ਗਈ ਤਾਂ ਮੈਨੂੰ 8:30 ਵਜੇ ਪਤਾ ਲੱਗਿਆ ਕਿ ਸੰਤਾਂ ਦੀ ਇਸ ਤਰ੍ਹਾਂ ਡੈੱਡ ਬੋਡੀ ਮਿਲੀ ਹੈ। ਤਾਂ ਮੇਰੇ ਹੱਥ ਵਿੱਚ ਇੰਜੈਕਸ਼ਨ ਟ੍ਰੇ ਸੀ, ਅਤੇ ਮੈਂ ਇੰਨਾ ਘਬਰਾ ਗਈ ਸੀ ਕਿ ਮੈਂ ਇਹ ਗੱਲ ਸੁਣ ਕੇ ਇੰਨਾ ਘਬਰਾ ਗਈ, ਉਹਨਾਂ ਇਮੋਸ਼ਨਲ ਹੋ ਗਈ ਸਿੱਖ ਧਰਮ ਵਾਸਤੇ, ਆਪਣੀ ਸਿੱਖੀ ਵਾਸਤੇ। ਅਤੇ ਵੀ ਮੈਂ ਇੰਜੈਕਸ਼ਨ ਪੇਸ਼ੈਂਟ ਨੂੰ ਦੇਣਾ ਸੀ 8:30 ਵਜੇ, ਮੈਂ ਦੇ ਨਹੀਂ ਸਕੀ, ਅਤੇ ਫਿਰ ਮੈਂ ਆਪਣੀ ਟ੍ਰੇ ਜਿਹੜੀ ਹੋ ਗਈ ਮੈਂ ਸਾਈਡ 'ਤੇ ਰੱਖ ਦਿੱਤੀ, ਅਤੇ ਮੇਰੇ ਨਾਲ ਜਿਹਨੇ ਮੈਨੂੰ ਆ ਕੇ ਦੱਸਿਆ ਸੀ ਇਹ ਗੱਲ, ਅਤੇ ਉਹਨੇ ਫਿਰ ਮੈਨੂੰ ਮਤਲਬ ਕਿ ਸੰਭਾਲਿਆ ਥੋੜ੍ਹਾ ਜਿਹਾ, ਔਰ ਮੈਨੂੰ ਕਹਿੰਦੀ ਵੀ ਤੂੰ ਬੈਠ ਜਾ ਸਟੂਲ 'ਤੇ। ਮੈਂ ਪੇਟ 'ਤੇ ਸਾਈਡ ਦੇ ਸਾਈਡ 'ਤੇ ਬੈਠ ਗਈ, ਔਰ ਮੈਂ ਇੰਜੈਕਸ਼ਨ ਨਹੀਂ ਦੇ ਸਕੀ, ਔਰ 5 ਮਿੰਟ ਮੈਂ ਬੜੀ ਅੱਖਾਂ ਬੰਦ ਕਰਕੇ ਔਰ ਮੈਂ ਹੰਝੂ ਗਰਾ ਰਹੀ ਸੀ, ਔਰ ਮੇਰੀ ਫਰੈਂਡ ਨੇ ਫਿਰ ਮੈਨੂੰ ਥੋੜ੍ਹਾ ਸਹਾਰਾ ਦਿੱਤਾ। ਅਤੇ ਇਸ ਤਰ੍ਹਾਂ ਕਰਕੇ ਵੀ ਮੈਨੂੰ ਮਹਿਸੂਸ ਹੋਇਆ ਕਿ ਜਿਹੜੇ ਸਾਡੇ ਸਿੱਖ ਧਰਮ ਦੇ ਅਗਾਂਹ ਵਾਧੂ ਨੇ, ਜਾਂ ਸਾਡੇ ਸਿੱਖ ਧਰਮ ਨੂੰ ਲੀਹ ਦੇਣ ਵਾਲੇ ਨੇ, ਜਾਂ ਉਹਨਾਂ ਦੇ ਨੇਤਾ ਨੇ, ਅਤੇ ਸਿੱਖ ਧਰਮ ਉਹਨਾਂ ਅੱਗੇ ਲੈ ਕੇ ਜਾਣਾ ਸੀਗਾ, ਅਤੇ ਅਸੀਂ ਉਹਨਾਂ ਕੁਛ ਸਿੱਖਣਾ ਸੀ, ਅਤੇ ਉਹ ਹੀ ਸ਼ਹੀਦੀਆਂ ਪਾ ਗਏ, ਅਤੇ ਫਿਰ ਸਾਨੂੰ ਬੜਾ ਮਹਿਸੂਸ ਹੋਇਆ, ਬਹੁਤ ਘਾਟ ਮਹਿਸੂਸ ਹੋਈ। ਅਤੇ ਮੈਂ ਫਿਰ ਹਰਿਮੰਦਰ ਸਾਹਿਬ ਦਾ ਅਕਾਲ ਤਖ਼ਤ ਵੀ ਦੇਖਿਆ, ਬੜੀ ਧਰੂ ਲੱਗੀ, ਅਤੇ ਬਾਕੀ ਜਿਨ੍ਹਾਂ ਨੂੰ ਅੱਛੀ ਧਰੂ ਸੱਚੀ ਧਰੂ ਲੱਗੀ ਸੀ, ਉਹਨਾਂ ਨੇ ਆਪ ਵੀ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਅਤੇ ਮੈਨੂੰ ਵੀ ਬੜਾ ਮਾਣ ਆ ਉਹਨਾਂ ਲੋਕਾਂ 'ਤੇ ਜਿਹੜੇ ਕਿ ਆਪਣੀ ਸ਼ਹੀਦੀਆਂ ਪ੍ਰਾਪਤ ਕਰ ਸਕੇ। ਮੈਨੂੰ ਇਸ ਚੀਜ਼ ਦੇ ਵੀ ਬੜਾ ਦੁੱਖ ਹੈ ਕਿ ਮੈਂ ਉਸ ਸਮੇਂ 'ਤੇ ਮੈਂ ਕੋਈ ਮੇਰਾ ਸਕੋਪ ਨਹੀਂ ਸੀ ਕਿ ਮੈਂ ਆਪਣੀ ਸ਼ਹੀਦੀ ਪ੍ਰਾਪਤ ਕਰ ਸਕਾਂ, ਅਤੇ ਮੇਰੀ ਸ਼ਹੀਦ ਕੋਈ ਫਾਇਦਾ ਨਹੀਂ ਸੀਗਾ, ਇਸ ਕਰਕੇ। ਪਰ ਮੈਂ ਇਮੋਸ਼ਨ ਬਹੁਤ ਸੀ ਸਿੱਖ ਧਰਮ ਵਾਸਤੇ, ਮੇਰੇ ਤੋਂ ਮੈਨੂੰ ਤਾਂ ਕੋਈ ਮੇਰੇ ਵਾਕਫ ਨਹੀਂ ਸੀ ਦਿੱਲੀ ਵਿੱਚ ਕੋਈ ਵੀ, ਪਰ ਮੈਂ ਦਿੱਲੀ ਬਾਰੇ ਰੋਜ਼ ਖਬਰਾਂ ਸੁਣਦੀ ਸੀ, ਸਾਡੀ ਨਿਊਜ਼ ਆਉਂਦੀਆਂ ਸੀਗੀਆਂ, ਅਤੇ ਮਨ ਨੂੰ ਬਹੁਤ ਦੁੱਖ ਲੱਗਦਾ ਸੀ, ਔਰ ਟੀਵੀ ਦੇ ਕੋਲ ਹਮੇਸ਼ਾ ਅਸੀਂ ਬੈਠ ਕੇ ਸੁਣਦੇ ਰਹਿੰਦੇ ਸੀਗੇ। ਹਾਂ, ਮੇਰੀ ਇੱਕ ਫਰੈਂਡ ਸੀ, ਉਹਦੇ ਬ੍ਰਦਰ ਨੂੰ ਸੀਗਾ, ਉਹਦਾ ਨਾਂ ਸੀਗਾ ਇਕਬਾਲ ਸਿੰਘ ਸੀ ਆਈ ਥਿੰਕ, ਯਾਦ ਨਹੀਂ ਹੁਣ, ਅਤੇ ਪਰ ਉਹਨਾਂ ਨੂੰ ਵੀ ਕਹਿੰਦੀ ਸੀ ਮੇਰੇ ਬ੍ਰਦਰ ਨੂੰ ਚੁੱਕ ਕੇ ਲੈ ਗਿਆ, ਉਹਨਾਂ ਦਾ ਘਰ ਸੀਗਾ ਇੱਕ ਖੇਤਾਂ ਦੇ ਵਿੱਚ ਘਰ ਸੀਗਾ, ਵਿਚਾਰੇ ਕਹਿੰਦੇ ਸਾਡੇ ਘਰ ਕੋਈ ਆਇਆ ਵੀ ਨਹੀਂ ਸੀਗਾ, ਅਤੇ ਕੋਈ ਇਸ ਤਰ੍ਹਾਂ ਕਰਕੇ ਸਾਨੂੰ ਬਸ ਇਹੀ ਜੋ ਪੰਜਾਬ ਦੇ ਹਾਲਾਤ ਸੀ, ਤੁਹਾਨੂੰ ਪਤਾ ਹੈ ਕਿ ਸੱਚ ਅਤੇ ਸੂਹ ਝੂਠ ਅਤੇ ਸੱਚ ਨੂੰ ਕਰਾਈ ਜਾਂਦੇ ਸੀ। ਅਤੇ ਹੁਣ ਵੀ ਤਾਂ ਹੋਇਆ ਹੈ ਗੁਰਦਾਸਪੁਰ ਦੇ ਵਿੱਚ ਸਿੱਖ, ਅਤੇ ਜਿਹੜਾ ਉਹ ਜਸਮੀਤ ਸਿੰਘ ਮਾਰਿਆ, ਉਹਦਾ ਤਾਂ ਇਹਦਾ ਉਹੀ ਕਸੂਰ ਸੀ ਕਿ ਉਹ ਸਿੱਖ ਹੈ, ਸਿੱਖਾਂ ਦਾ ਲੜਕਾ ਹੈ, ਬਸ ਇਹੀ। ਅਤੇ ਇਸੇ ਕਰਕੇ ਸਾਨੂੰ ਵੀ ਚਾਹੀਦਾ ਕਿ ਅਸੀਂ ਸਿੱਖ ਧਰਮ ਵਾਸਤੇ ਕੁਛ ਕਰੀਏ, ਜੋ ਵੀ ਅਸੀਂ ਕੁਛ ਕਰ ਸਕਦੇ ਹਾਂ ਉਹ ਸਾਨੂੰ ਜ਼ਰੂਰ ਕਰਨਾ ਚਾਹੀਦਾ, ਅਤੇ ਸਾਨੂੰ ਚਾਹੀਦਾ ਕਿ ਅਸੀਂ ਆਪਣਾ ਆਪ ਇਹੋ ਜਿਹਾ ਕੁਛ ਪੇਸ਼ ਕਰੀਏ, ਐਸਾ ਗੁਰਬਾਣੀ ਪੜ੍ਹੀਏ, ਤਾਂ ਕਿ ਜਿਹੜੇ ਨੌਜਵਾਨ ਬੱਚੇ ਨੇ ਉਹ ਇਸੇ ਰਸਤੇ 'ਤੇ ਤੁਰਨ, ਅਤੇ ਆਪਣੀ ਸਿੱਖੀ ਨੂੰ ਕਾਇਮ ਰੱਖਣ, ਆਪਣੀ ਮਰਿਆਦਾ ਨੂੰ ਕਾਇਮ ਰੱਖਣ, ਅਤੇ ਗੁਰੂ ਨਾਲ ਜੋੜਨ।